5 ਸਾਲਾਂ 'ਚ ਮੋਦੀ ਦੀ ਸਰਕਾਰ 'ਚ ਹੋਰ ਕੁਛ ਹੋਇਆ ਹੋਵੇ ਨਾ ਹੋਇਆ ਹੋਵੇ, ਆ ਗਾਵਾਂ ਦੀ ਅਤੇ ਅਵਾਰਾ ਪਸ਼ੂਆਂ ਦਾ ਕੌਨਫੀਡੈਂਸ ਬਹੁਤ ਵੱਧ ਗਿਆ। ਪਹਿਲਾਂ ਪਰਾਂ ਜੇ ਹੋ ਕੇ ਬਹਿੰਦੀ ਸੀ ਸੜਕ ਤੋਂ ਓਹਲੇ ਜੇ ਵੀ ਚੱਲ ਮੈਂ ਇੱਧਰ ਬੈਠੀ ਹਾਂ, ਹੁਣ ਤਾਂ ਵਿਚਾਲੇ ਚੌਂਕ ਜਾ ਕੇ ਬਹਿੰਦੀ ਹੈ ਜੀ, ਉਹ ਕਹਿੰਦੀ ਵੀ ਸਰਕਾਰ ਸਾਡੀ ਆਓ ਕਿਹੜਾ ਹੁੰਦਾ ਇੱਥੇ। ਕਿਰਪਾ ਕਰਕੇ ਜਾਨਾਂ ਤਾਂ ਨਾ ਲਓ ਨਾ, ਰਾਤ ਨੂੰ ਉਹ ਕਰਦੇ ਨੇ ਫਸਲਾਂ ਬਰਬਾਦ, ਦਿਨੇ ਜਾਨਾਂ ਲੈਂਦੇ ਆ ਉਹ, ਰਾਤ ਨੂੰ ਜਾਨਾਂ ਲੋਕ ਐਕਸੀਡੈਂਟ 'ਚ ਮਰਦੇ ਆ, ਇਹਦਾ ਪੁਖਤਾ ਪ੍ਰਬੰਧ ਹੋਣਾ ਚਾਹੀਦਾ। ਕੈਪਟਨ ਵੀ BJP ਹੋਈ ਹੈ ਜੀ, ਹਾਂਜੀ ਉਹੀ ਮੰਨੋ ਜੀ, ਉਹੀ ਮੰਨੋ ਉਹੀ ਮੰਨੋ, ਹਾਂਜੀ ਉਹਨਾਂ ਦੀ ਮੰਨਦੇ ਆ ਉਹ, ਜੋ ਉੱਥੋਂ ਲਿਖ ਕੇ ਦਿੰਦੇ ਆ ਤਾਂ ਤੋਂ ਸਕ੍ਰਿਪਟ ਆਉਂਦੀ ਆ ਉਹੀ ਆ। ਅੱਛਾ ਮੈਂ ਇਸ ਗੱਲੋਂ ਹੈਰਾਨ ਹਾਂ ਕਿ ਸੁਖਬੀਰ ਬਾਦਲ ਕਹਿ ਰਿਹਾ ਰੇਤ ਮਾਫੀਆ ਕਰਕੇ ਹੜ ਆਏ ਨੇ, ਜਿਵੇਂ ਜਿਵੇਂ ਅਲਕਾਇਦਾ ਕਹਿੰਦੀ ਹੋਵੇ ਵੀ ਅੱਤਵਾਦ ਸ਼ਾਂਤੀ ਭੰਗ ਕਰਦਾ। ਯਾਰ ਤੁਹਾਨੂੰ ਪਤਾ ਸ਼ਾਇਦ ਭੁੱਲ ਭੱਲ ਗਿਆ ਹੋਣਾ, ਤੁਹਾਨੂੰ ਪਤਾ ਨਹੀਂ ਤੁਸੀਂ ਸ਼ੁਰੂ ਕੀਤਾ ਕੰਮ, ਇਹ ਸ਼ਾਇਦ ਭੁੱਲ ਗਏ ਇਹ। ਸੋ ਇਹ ਅੱਛਾ ਫਿਰ ਕੀ ਹੁਣ ਹਰ ਗੱਲ 'ਤੇ ਕਹਿੰਦੇ ਨੇ ਪੰਜਾਬ ਸਰਕਾਰ ਪੈਸਾ ਨਹੀਂ ਲਾਉਂਦੀ। ਜਨਾਬ ਜੀ ਬਾਦਲ ਸਾਹਿਬ ਸਾਰੀ ਜ਼ਿੰਦਗੀ ਇੱਕੋ ਗੱਲ ਰੱਟਦੇ ਰਹੇ ਨੇ, ਕੇਂਦਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਜੀ, ਕੇਂਦਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਾ ਜੀ ਕਾਂਗਰਸ ਦੀ ਸਰਕਾਰ ਨੂੰ। ਹੁਣ ਤਾਂ ਸਕਈਆ ਤਾਇਆ ਉੱਥੇ ਮੋਦੀ, ਹੁਣ ਲੈ ਆਓ, ਪਿਛਲੀ ਵਾਰ ਕਹਿੰਦੇ ਸੀ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਓ, ਟਰੱਕ ਭਰ ਕੇ ਲੈ ਕੇ ਆਵਾਂਗੇ ਨੋਟਾਂ ਦੇ ਕਹਿੰਦੇ ਸੀ ਨਾ ਸੁਖਬੀਰ ਬਾਦਲ, ਹੁਣ ਤਾਂ ਦੂਜੀ ਵਾਰ ਬਣ ਗਿਆ, ਚੱਲ ਟਰੱਕ ਛੱਡ ਦਿਓ, ਕੋਈ ਛੋਟਾ ਹਾਥੀ ਭਰ ਲਿਓ, ਕੁਛ ਤਾਂ ਦਿਓ, ਕੋਈ ਲੋਕਾਂ ਨੂੰ ਕੋਈ ਪੈਸਾ ਤਾਂ ਲੈ ਕੇ ਆਓ। ਹਰਸਿਮਰਤ ਕੌਰ ਉੱਥੇ ਮਿਨਿਸਟਰ ਹੈ, ਇੱਕ ਮਿਨਿਸਟਰੀ ਪਿੱਛੇ ਸਾਰਾ ਪੰਜਾਬ ਦਾ ਤੇ ਲਾ ਰੱਖਿਆ ਉਹਨਾਂ ਨੇ, ਇੱਕ ਮਿਨਿਸਟਰੀ ਰੱਖਣੀ ਹੈ ਬਸ ਇਹਨੂੰ ਨੇ ਕੁਛ ਕਿਹਾ, ਬਾਕੀ ਪੰਜਾਬ ਵਾਸਤੇ ਜੋ ਮਰਜ਼ੀ ਫੈਸਲੇ ਲੈ ਲਓ ਅਸੀਂ ਤੁਹਾਡਾ ਸਾਥ ਦੇਵਾਂਗੇ। ਦੇਖੋ ਸਾਰਾ ਅਸੀਂ ਸੰਗਠਨ ਦੇ ਰੂਪ 'ਚ ਕੰਮ ਕਰ, ਨਹੀਂ ਦੇਖੋ ਗੱਲ ਇਹ, ਅਸੀਂ ਤਾਂ ਬਹੁਤ ਵਾਰੀ ਮਿਹਨਤ ਕਰ ਚੁੱਕੇ ਹਾਂ, ਬਹੁਤ ਵਾਰੀ ਕਹਿ ਚੁੱਕੇ ਕਿ ਉਹਨਾਂ ਦਾ ਕੋਈ ਉਹ ਨਹੀਂ, ਉਹਨਾਂ ਨੂੰ ਬਰਗਲਾ ਕੇ ਲੈ ਗਏ ਸੀ। ਮੈਂ ਜਦੋਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਸੀ ਉਦੋਂ 36 'ਚ, ਜਦੋਂ ਇਹਨਾਂ ਨੇ ਨਵਾਂ ਨਵਾਂ ਸ਼ੁਰੂ ਕੀਤਾ ਸੀਗਾ ਗੈਰਤਮੰਦ ਦਾ ਸੁਨੇਹਾ ਦੇਣਾ, ਮੈਂ ਉਦੋਂ ਵੀ ਕਿਹਾ ਸੀਗਾ ਕਿ ਤੁਸੀਂ ਵਾਪਸ ਆ ਜਾਓ, ਤੁਹਾਡੇ ਸਿਰਾਂ ਦੇ ਮੁੱਲ ਪਾਉਣਗੇ। ਹੋ ਗਿਆ ਫਿਰ ਉਹੀ ਕੰਮ, MLA ਤੁਸੀਂ ਬਣਾ ਤੇ ਪਾਰਟੀ ਨੇ, ਤੁਹਾਡੀ ਇੱਜ਼ਤ ਹੋ ਰਹੀ ਹੈ, ਅਤੇ ਹੁਣ ਤੁਸੀਂ ਉਹਨਾਂ ਦੀਆਂ ਫੋਟੋਆਂ ਦੇਖਿਓ, ਉਹ ਪਿੱਛੋਂ ਐਂ ਝਾਕਦੇ ਹੁੰਦੇ ਨੇ ਕਿਉਂਕਿ ਨੇੜੇ ਤੇੜੇ ਵੀ ਨਹੀਂ ਲੱਗਣ ਦਿੰਦਾ ਕੋਈ ਉਹਨਾਂ ਨੂੰ ਉੱਥੇ, ਉਹ ਐਡਾ ਵੱਡਾ ਖੂਹ ਹੈ ਕਾਂਗਰਸ, ਉਹ 'ਚ ਇੱਕ ਵਾਰੀ ਡਿੱਗ ਪਿਆ ਮੁੜ ਕੇ ਬੰਦਾ ਨਹੀਂ ਲੱਭਦਾ ਉੱਥੇ, ਤੁਸੀਂ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਇਹ ਇੱਥੇ ਆ ਜਾਣਗੇ ਕਿਤੇ, ਤੁਹਾਨੂੰ ਉਹਨਾਂ ਦੇ ਬੜੇ ਬੜੇ ਹੋਰ ਲੀਡਰ ਬੈਠੇ ਨੇ, ਟਿਕਟਾਂ ਵੀ ਨਹੀਂ ਮਿਲਣੀਆਂ ਇਹਨਾਂ ਨੂੰ।